ਇਹ ਮੱਝ ਸਰਕਾਰ ਤੋਂ ਬਾਅਦ ਮੱਝ ਸਰਕਾਰ ਦਾ ਹੀ ਲਗਵਾਇਆ ਤੇ ਇਹ ਲੰਗਰ ਕਾਹਵੇ ਦਾ ਬਾਅਦ ਚੱਲਿਆ 35 ਸਾਲ ਹੋ ਗਏ। ਸਰਕਾਰ ਦੇ ਟਾਈਮ ਚ ਕੀ ਲੰਗਰ ਚੱਲਦਾ? ਸਰਕਾਰ ਦੇ ਟਾਈਮ ਵਿੱਚ ਹਰ ਲੰਗਰ ਚੱਲਦਾ, ਦਾਦਾ ਬੋਰੀਆਂ ਕਣਕ ਦੀਆਂ ਆਟੇ ਦੀਆਂ ਪਕਵਾਉਂਦੀਆਂ। ਮੈਂ ਜਿਹੜਾ ਨਾ ਇੱਥੇ ਕਾਵਾਂ ਲਈ ਦਰਬਾਰ ਲਗਭਗ 40 ਤੋਂ 42 ਸਾਲ ਪਹਿਲਾਂ ਵੀ ਆਉਂਦਾ ਰਿਹਾ। ਇਹ ਹੁਣ ਤੇ ਤਕਰੀਬਨ ਸਾਰੇ ਪਾਸੇ ਆਬਾਦੀ ਹੋਏ ਨਾ, ਲੇਕਿਨ ਉਹ ਵਕਤ ਸੀ ਕਿ ਇੱਥੇ ਸਾਰਾ ਨਾ ਜ਼ਮੀਨਾਂ ਹੀ ਸਨ, ਸਵਾਏ ਦਰਬਾਰ ਦੇ ਕੋਈ ਚੀਜ਼ ਨਹੀਂ ਸੀ। ਇੱਥੇ ਕੋਈ ਚੀਜ਼ ਨਹੀਂ ਸੀ, ਮੱਛ ਹੈ ਸੀ ਇਹ ਵਾਲਾ। ਅਜ਼ਲ ਤੋਂ ਹਰ ਫਕੀਰ ਇਹ ਜਿਹੜੀ ਮਖਲੂਕ ਹੈ, ਜਾਨਵਰ ਹੈਵਾਨ ਪਰਿੰਦੇ ਇੱਕ ਨਾ ਇੱਕ ਮਖਲੂਕ ਨਾਲ ਪਿਆਰ ਕਰਦੇ ਨੇ, ਕਿਉਂ ਇਹ ਕੈਦੀ ਮਖਲੂਕ ਹੁੰਦੀ। ਇਸ ਵਾਸਤੇ ਕਿਨਾਂ ਦਾ ਕਬੂਤਰਾਂ ਨਾਲ, ਕਿਨਾਂ ਦਾ ਬਿੱਲੀਆਂ ਨਾਲ, ਕਿਨਾਂ ਦਾ ਕੁੱਤਿਆਂ ਨਾਲ, ਸਰਕਾਰ ਕਾਵਾਂ ਨਾਲ ਪਿਆਰ ਕੀਤਾ। ਅਸੀਂ ਤਾਂ 10ਵੇਂ ਮਹੀਨੇ ਹਰ ਸਾਲ ਆਉਂਦੇ ਹਾਂ ਅਤੇ ਜੀ ਤਕਰੀਬਨ 10 ਸਾਲ ਹੋ ਗਏ ਹਮੇ ਕਾਲੀ ਲੈ ਕੇ ਆਤੇ, ਪੂਰੀ ਬੱਸ ਲੈ ਕੇ ਆਤੇ ਹੈ। ਹਮੇਸ਼ਾ ਸੁਣ ਰਹੇ ਬਾਬਾ ਕਾਵੇ ਵਾਲੀ ਸਰਕਾਰ, ਤੋ ਬਹੁਤ ਸਾਰੇ ਕਾਂ ਯਹਾਂ ਇਕੱਠੇ ਹੋਤੇ ਹੈ, ਮਾਸ਼ਾਅੱਲਾ ਲੰਗਰ ਵੀ ਕੋਈ ਤਕਸੀਮ ਕਰਤਾ ਹੈ, ਜੈਸੇ ਯਾਨੀ ਜਬ ਵੀ ਹਮ ਆਤੇ ਹੈ ਕਾਂ ਹੀ ਕਾਂ ਹੋਤੇ ਹੈ। ਜ਼ਿਲ੍ਹਾ ਮੁਜ਼ੱਫਰਗੜ੍ਹ, ਤਹਿਸੀਲ ਜਤੋਈ। ਜਤੋਈ ਤੋਂ ਆਏ ਹੋ ਜੀ? ਕਦੋਂ ਦੇ ਆ ਰਹੇ ਹੋ? ਬਸ ਇਕੱਠੇ ਹੀ ਕਾਫਲਾ ਹੈ, 100 ਬੰਦੇ ਦਾ ਕਾਫਲਾ ਆਉਂਦਾ ਹੈ ਹਰ ਸਾਲ ਜੀ। ਤਕਰੀਬਨ 20 ਸਾਲ ਸੇ ਆ ਰਹਾ ਹੈ ਇਧਰ ਸੇ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਜੀ? ਅਲਹਮਦੁਲਿਲਾ। ਕਿੱਥੋਂ ਆਏ ਹੋ ਜੀ? ਜੀ ਅਸੀਂ ਆਏ ਹਾਂ ਜੀ ਕਲਿਆਮ ਸ਼ਰੀਫ ਤੋਂ। ਅਲਹਮਦੁਲਿਲਾ ਪਹਿਲੀ ਦਫਾ ਆਏ ਹਾਂ ਜੀ, ਬੜੀ ਦਿਲ ਦੀ ਹਸਰਤ ਸੀ ਕਿ ਇੱਥੇ ਆਈਏ ਅਤੇ ਸਲਾਮ ਕਰੀਏ, ਅਤੇ ਅੱਲਾਹ ਪਾਕ ਨੇ ਮਿਹਰਬਾਨੀ ਕੀਤੀ ਹੈ ਸਾਡੇ 'ਤੇ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮੈਂ ਬਾਬਰ ਬੇਗੁਰ, ਤੁਸੀਂ ਵੇਖ ਰਹੇ ਹੋ ਆਪਣੇ ਯੂਟਿਊਬ ਚੈਨਲ ABG TV। ਨਾਜ਼ਰੀਨ, ਮੈਂ 'ਚ ਮੌਜੂਦ ਹਾਂ ਜੀ। ਗੁਜਰਾਤ ਦੇ ਵਿੱਚ ਦਰਬਾਰ ਹੈ ਕਰਮ ਲਈ ਸਰਕਾਰ ਅਲਮਰੂਹ ਬਾਬਾ ਕਾਵਾਂ ਵਾਲੀ, ਅਸੀਂ ਉੱਥੇ ਮੌਜੂਦ ਹਾਂ। ਔਰ ਤੁਹਾਨੂੰ ਮੰਜ਼ਰ ਨਜ਼ਰ ਆ ਰਿਹਾ ਹੈ ਕਿ ਇਹ ਮੱਛ ਹੈ, ਕਹਿੰਦੇ ਨੇ ਜੀ ਬਾਬਾ ਜੀ ਦਾ ਮੱਛ ਹੈ, ਜਿਹੜਾ ਕਿ ਬਹੁਤ ਪੁਰਾਣਾ ਔਰ ਬਹੁਤ ਕਦੀਮ ਹੈ। ਔਰ ਇੱਥੇ ਜਿਹੜਾ ਉਹ ਲੰਗਰ ਜਿਹੜਾ ਤਕਸੀਮ ਕੀਤਾ ਜਾਂਦਾ ਸੀ, ਜਿਹਦਾ ਸਿਲਸਿਲਾ ਅੱਜ ਵੀ ਜਾਰੀ ਹੈ, ਔਰ ਇਸ ਗੱਲ ਨੂੰ ਮੇਰਾ ਖਿਆਲ ਹੈ ਅੱਧੀ ਸਦੀ ਤੋਂ ਵੀ ਜ਼ਿਆਦਾ ਅਰਸਾ ਬੀਤ ਚੁੱਕਿਆ, ਲੇਕਿਨ ਇਹ ਸਿਲਸਿਲਾ ਜਿਹੜਾ ਰਵਾਂ ਦਵਾ। ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਮੰਗਲ ਦਾ ਦਿਨ, ਲੋਕ ਜਿਹੜਾ ਸ਼ੌਕ ਦਰ ਸ਼ੌਕ ਔਰ ਅਕੀਦੇ ਨਾਲ ਆਉਂਦੇ ਨੇ, ਔਰ ਲੋਕਾਂ ਦੇ ਮੁਤਾਬਕ ਉਹਨਾਂ ਦੀਆਂ ਜਿਹੜੀਆਂ ਹਾਜਤਾਂ ਨੇ ਔਰ ਜਿਹੜੀਆਂ ਉਹਨਾਂ ਦੀਆਂ ਖੁਆਇਸ਼ਾਂ ਨੇ, ਜਿਹੜੀਆਂ ਉਹ ਅਰਜ਼ਾਂ ਲੈ ਕੇ ਆਉਂਦੇ ਨੇ, ਉਹਨਾਂ ਦੀਆਂ ਉਹ ਪੂਰੀਆਂ ਹੁੰਦੀਆਂ ਨੇ। ਅਸੀਂ ਕੁਛ ਲੋਕਾਂ ਨਾਲ ਵੀ ਗੱਲ ਕਰਾਂਗੇ ਔਰ ਇਹ ਬਾਬਾ ਜੀ ਨਾਲ ਗੱਲ ਕਰਾਂਗੇ ਕਿ ਇਹ ਮੱਛ ਜਿਹੜਾ ਹੈ ਕਿੰਨੀ ਦੇਰ ਤੋਂ ਜਿਹੜਾ ਇੱਥੇ ਇਹ ਕਾਇਮ ਹੈ, ਔਰ ਇਹ ਲੰਗਰ ਜਿਹੜਾ ਇਸ ਤਰ੍ਹਾਂ ਹੀ ਤਕਸੀਮ ਹੋ ਰਿਹਾ, ਔਰ ਲੋਕ ਤੁਸੀਂ ਦੇਖ ਰਹੇ ਹੋ ਬਾਹਰ ਵੀ ਜਾਲੀ ਨਾਲ ਤੁਹਾਨੂੰ ਲੋਕ ਜਿਹੜਾ ਨਜ਼ਰ ਆ ਰਹੇ ਨੇ। ਇਹ ਲੰਗਰ ਵਾਸਤੇ ਮਤਲਬ ਇਹ ਕਾਹਵਾ ਜਿਹੜਾ ਇਹ ਜਿਹੜੇ ਮਹਿਮਾਨ ਆਉਂਦੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ, ਜਿਹੜਾ ਕਿ ਬਗੈਰ ਕਿਸੇ ਤਫਰੀਕ ਤੋਂ, ਬਗੈਰ ਕਿਸੇ ਰੰਗ ਤੋਂ, ਬਗੈਰ ਕਿਸੇ ਨਸਲ ਤੋਂ ਜਿਹੜਾ ਵੀ ਇੱਥੇ ਆਉਂਦਾ ਉਹਨੂੰ ਮਹਿਮਾਨ ਨਵਾਜ਼ੀ ਦੇ ਤੌਰ 'ਤੇ ਕਾਹਵਾ ਜਿਹੜਾ ਇਹ ਪੇਸ਼ ਕੀਤਾ ਜਾਂਦਾ। ਅਤੇ ਅਸੀਂ ਬਾਬਾ ਜੀ ਨੂੰ ਪੁੱਛਾਂਗੇ ਕਿ ਇਹ ਕਿੰਨੀ ਦੇਰ ਤੋਂ ਜਿਹੜਾ ਲੰਗਰ ਹੈ ਇਹ ਚੱਲ ਰਿਹਾ, ਔਰ ਸੁਬਹਾ ਤੋਂ ਲੈ ਕੇ ਰਾਤ ਕਿੰਨੇ ਵਜੇ ਤੱਕ ਇਹ ਸਿਲਸਿਲਾ ਜਿਹੜਾ ਚੱਲਦਾ ਰਹਿੰਦਾ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ, ਇਹ ਮੱਛ ਕਦੋਂ ਦਾ ਆਬਾਦ ਹੈ? ਇਹ ਮੱਝ ਸਰਕਾਰ ਤੋਂ ਬਾਅਦ ਮੱਝ ਸਰਕਾਰ ਦਾ ਹੀ ਲਗਵਾਇਆ ਅਤੇ ਇਹ ਲੰਗਰ ਕਾਹਵੇ ਦਾ ਬਾਅਦ ਚੱਲਿਆ, 35 ਸਾਲ ਹੋ ਗਏ। ਸਰਕਾਰ ਦੇ ਵਕਤ ਦੂਆ ਲੰਗਰ ਆਮ ਚੱਲਦਾ। ਸਰਕਾਰ ਦੇ ਟਾਈਮ 'ਚ ਕੀ ਲੰਗਰ ਚੱਲਦਾ? ਸਰਕਾਰ ਦੇ ਟਾਈਮ ਵਿੱਚ ਹਰ ਲੰਗਰ ਚੱਲਦਾ, ਦਾਦਾ ਬੋਰੀਆਂ ਕਣਕ ਦੀਆਂ ਆਟੇ ਦੀਆਂ ਪਕਵਾਉਂਦੀਆਂ। ਅੱਛਾ, ਇਤਨਾ ਲੰਗਰ ਪੱਕਦਾ। ਅਤੇ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਇੱਥੇ ਮੱਛ 'ਤੇ ਵਕਫ ਕਰ ਦਿੱਤੀ? ਮੈਂ ਅਖੀਰ 'ਤੇ ਆਇਆ, ਹੁਣ ਹੀ ਆਇਆ, ਐਡਾ ਕੋਈ ਵਕਤ ਨਹੀਂ ਹੋਇਆ। ਕਿੰਨਾ ਵੈਸੇ ਵਕਤ ਹੋ ਗਿਆ ਤੁਹਾਨੂੰ? 10-1 ਸਾਲ ਹੋ ਗਏ। 10 ਸਾਲ ਹੋ ਗਏ, ਠੀਕ ਹੈ। ਅਤੇ ਤੁਸੀਂ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਇਹ ਕਾਹਵਾ ਪਕਾਉਣਾ ਹੁੰਦਾ ਔਰ ਵਰਤਾਉਣਾ ਹੁੰਦਾ? ਵਰਤਾਉਣਾ ਹੁੰਦਾ, ਸੁਬਹਾ 6 ਤੋਂ ਲੈ ਕੇ 10 ਵਜੇ ਤੱਕ ਮੱਛ ਚੱਲਦਾ ਰਹਿੰਦਾ, ਲੰਗਰ ਚੱਲਦਾ ਰਹਿੰਦਾ ਰਾਤੀ 10 ਵਜੇ ਤੱਕ ਜੀ। ਆ ਇਹ ਪਕਾਉਣਾ ਮੱਛ 'ਤੇ ਹੀ ਹੈ, ਲੱਕੜੀ 'ਤੇ? ਹਾਂ, ਇੱਥੇ ਹੀ ਪੱਕਦਾ ਰਹਿੰਦਾ। 2 ਕੇਤਲੀਆਂ ਤੁਸੀਂ ਰੱਖੀਆਂ ਨੇ, ਇੱਕ ਤਕਸੀਮ ਹੁੰਦਾ ਰਹਿੰਦਾ। ਨਾਜ਼ਰੀਨ, ਇਹ ਜਿਹੜਾ ਲੰਗਰ ਹੈ ਜੀ, ਇਹ ਮਤਲਬ ਪਿਛਲੇ 30 ਸਾਲ ਤੋਂ ਕਾਹਵੇ ਦਾ ਜਿਹੜਾ ਸਿਲਸਿਲਾ ਇਹ ਚੱਲ ਰਿਹਾ। ਇਸ ਤੋਂ ਪਹਿਲਾਂ ਬਾਬਾ ਜੀ ਦਾ ਕਹਿਣਾ, ਬਾਬਾ ਜੀ ਦਾ ਨਾਂ ਗੁਲਾਮ ਮੁਹੰਮਦ ਹੈ ਔਰ ਇਹ ਵੀ ਇੱਥੇ ਕਰਸੇ ਤੋਂ ਦਰਬਾਰ 'ਤੇ ਹੀ ਹੁੰਦੇ ਨੇ। ਅਸੀਂ ਇਨਸ਼ਾਅੱਲਾ ਇੱਕ ਪੂਰੀ ਇੱਕ ਡਾਕੂਮੈਂਟਰੀ ਜਿਹੜੀ ਇੱਕ ਪੂਰੀ ਹਿਸਟਰੀ ਬਾਬਾ ਜੀ ਦੀ, ਬਾਬਾ ਜੀ ਦੀ ਇਬਤਦਾ ਤੋਂ ਲੈ ਕੇ ਅਤੇ ਜਿਹੜਾ ਅੱਜ ਦਾ ਵਕਤ ਆ ਗਿਆ ਉਹਦੇ ਤੱਕ ਅਸੀਂ ਉਹ ਹਿਸਟਰੀ ਜਿਹੜੀ ਹੈ ਤੁਹਾਨੂੰ, ਬਾਬਾ ਜੀ ਦੇ ਪੜਪੋਤਰੇ ਜਿਹੜੇ ਨੇ ਉਹ ਅਖਤਰ ਹਸੈਨ ਸਾਈਂ ਸਾਹਿਬ ਇੱਥੇ ਬੈਠਦੇ ਨੇ, ਲੇਕਿਨ ਉਹਨਾਂ ਨਾਲ ਇਨਸ਼ਾਅੱਲਾ ਸਾਡੀ ਮੁਲਾਕਾਤ ਹੋ ਜਾਏਗੀ। ਉਹਨਾਂ ਨਾਲ ਅਸੀਂ ਜਿਹੜਾ ਤੁਹਾਨੂੰ ਪੂਰੀ ਹਿਸਟਰੀ ਬਾਬਾ ਜੀ ਦੀ ਜਿਹੜੀ ਹੈ, ਔਰ ਦਰਬਾਰ 'ਤੇ ਅਸੀਂ ਤੁਹਾਨੂੰ ਜਿਹੜੀ ਨੈਕਸਟ ਸਾਡੀ ਵੀਡੀਓ 'ਤੇ ਅਸੀਂ ਤੁਹਾਨੂੰ ਦਿਖਾਵਾਂਗੇ ਦਰਬਾਰ 'ਤੇ ਜਿਹੜਾ ਖੂਹ ਹੈ, ਜਿੱਥੋਂ ਕਹਿੰਦੇ ਨੇ ਕਿ ਦੁੱਧ ਦਾ ਖੂਹ ਜਿਹੜਾ ਉਹ ਚੱਲਦਾ ਰਿਹਾ, ਔਰ ਅਸੀਂ ਤੁਹਾਨੂੰ ਵਹਾਵਾਂਗੇ ਕਿ ਅੱਜ ਵੀ ਦਰਬਾਰ 'ਤੇ ਕਿੰਨੇ ਕਵੇ ਔਰ ਕਾਂ ਜਿਹੜੇ ਨੇ ਉਹ ਮੌਜੂਦ ਨੇ, ਜਿਨ੍ਹਾਂ ਨੂੰ ਕਾਂ ਕਿਹਾ ਜਾਂਦਾ ਪੰਜਾਬੀ 'ਚ, ਉਹ ਅੱਜ ਵੀ ਮੌਜੂਦ ਨੇ, ਔਰ ਲੋਕ ਜਿਹੜੇ ਨੇ ਮਤਲਬ ਉਹਨਾਂ ਦੀ ਆਮਦ ਜਿਹੜੀ ਹੈ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੈ, ਲੋਕ ਸ਼ੌਕ ਦਰ ਸ਼ੌਕ ਆ ਰਹੇ ਨੇ। ਇਹ ਅੱਜ ਦੀਆਂ ਮਾਲੂਮਾਤ ਸਨ। ਅਸੀਂ ਇਹ ਚਾਹ ਰਹੇ ਹਾਂ ਕਿ ਤੁਹਾਡੇ ਨਾਲ ਇਨਸ਼ਾਅੱਲਾ ਬਫਜ਼ਲੇ ਖੁਦਾ ਪੂਰੇ ਪਾਕਿਸਤਾਨ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀਆਂ
हिस्ट्रियां ने और इस तरह के जिहड़े दरबार ने जिहड़े अल्लाह दे वली लोग सन उन्हां दीआं हिस्ट्रियां जिहड़ीआं ने उह तुहाडे नाल इंशाअल्लाह शेयर कीतीआं जाण और असीं एक सिलसिला लैके चल रहे हैं इंशाअल्लाह चलदा रहेगा। मेरे नाल मेरे सीनियर ब्यूरो चीफ ने जनाब लाहौर रंग तो रोज़नामा जलील भट्ट साहब। तो जलील भट्ट साहब कितनी उम्र होगी तुहाडी? बेग साहब मेरी उम्र तकरीबन 50-51 साल हो गई है। तो मैं जड़ा ना इत्थे कावाली दरबार लगभग 40-42 साल पहला भी आंदा रहा और हुण ते तकरीबन सारे पासे आबादी वाए ना, लेकिन वो वक्त सी कि इत्थे सारा ना जमीना ही सन सवाए दरबार दे, कोई चीज़ नहीं सी। इत्थे कोई चीज़ नहीं सी, मच्छ है सी ए वाला, मच्छ उदों भी है सी। तो जिस तरह बाबा जी ने कहा ना कि खाना वगैरह जरा वा बंदोबस्त हों, बंदे बड़ी बड़ी दूर तू आते सन, अकीदत मन सन जड़े सारे बंद का अकीदा वे जिन्हों का बाबा जी तो वह आते सन, योग दर योग आते सन। हूँ कुछ तहफजात ने बंद मतलब तुहानू भी तुसी समझदे हो हालात किस तरह के हो गए ने, कुछ बंदे परेशान भी ने, लेकिन उन्हों का प्यार मुहब्बत बाबा जी ना जिन्ना भी है ना अकीदत वह कायम है। जो ही बंद टाइम मिलता है या उन्हां कोल अगर कोई सोर्सिस नहीं तो इत्थे दौड़दे आ जांदे ने। ते असी खुद भी जिहड़ा मैं दरबारां दे उत्ते जाने हुंदे आ, हालांकि अल्लाह ताला दी जात ही है जिहड़ा सब कुछ देने वाली, ते अल्लाह दी जात है, लेकिन ये नेक बंदे ने अल्लाह ताला दे जिहड़े इन्हां दी दुआवां नाल बंदियां नूं इस्तफादा हासिल हुंदा वे और हुंदा रहेगा इंशाअल्लाह ताला। बहुत शुक्रिया। अच्छा जिहड़ा दौर है वह जदीद आ गया, वक्त तब्दील हो गया, लेकिन कां जिहड़े ने अज भी इत्थे उन्हां दा डेरा इंज ही है। ऐ तो इंज ही है, लेकिन ये बारे च चलो बहुत ज़्यादा बंदे ने जड़े ना अकीदतमंद ने जड़े दरबार के, उन्होंने तकरीबन पता वे बाबा जी का जड़ा ना दरबार कामाले दे नाँ तो मशहूर है। लेकिन मैं चाहना आया वा कि यह बजुर्ग ने बैठे जड़े इन्हों खुद अपनी जबानी दसन कि बाबा जी थानू एक सला मैं सवाल करना चाहना वा कि यह जड़े कां ने ये कवे ने जड़े बाबा जी के नाल इन्हों का की तल्लुक है, ये बारे च तुसी थोड़ी रोशनी पाओ। ये कवे जड़े ने इत्थे रहिंदे ने पिछे कहानी की है? अजल तो हर फकीर ये जड़ी मखलूक है जानवर हैवान परिंदे एक ने एक मखलूक नाल प्यार कर दें, क्यों ये कैदी मखलूक होंगी इस वास्ते किना दा कबूतर नाल किना दा बिलिया नाल किना दा कुत्ते नाल सरकार कावां नाल प्यार किया, अज भी प्यार होंगे, अज ही दुआ शफा कावां दे पानी च। असी भी चाहते हैं इन बंदियां नूं जिहड़े उन्हां दे चाहने वाले ने ना बजुर्गों के, उन्होंने जिन्हां नूं नहीं भी पता है उन्हां दे बजुर्ग ने जिहड़े अपने बच्चों दसन कि इन्हां बाबा जी की जिहड़ी इन्हां कवियां दे नाल कितना ओनस मुहब्बत सी, लेकिन कावां नूं भी उन्हां नाल प्यार मुहब्बत सी, हर वक्त उन्हां दे नाल ही रहिंदे सन। बहुत शुक्रिया जी भट्ट साहब। अस्सलाम वालेकुम जी। वालेकुम सलाम रहमतुल्लाह। क्या नाम तुहाडा? हाफिज़ मुहम्मद जहांगीर। हाफिज़ मुहम्मद जहांगीर साहब ते दरबार ते किन्ने दिन बाद आउंदे हो या अरसे बाद आउंदे, कित्थों आए हो? असीं ते 10वें महीने हर साल आउंदे हां ते जी तकरीबन 10 साल हो गए हमें गाड़ी लेके आते हैं, पूरी बस लेके आते हैं, आपकी दुआओं से पूरे यानी हाफ पाकिस्तान में हम घूमते हैं, दरबारों पर जाते हैं। बाबा जी की हिम्मत है माशाल्लाह, बूढ़े भी हो गए माशाल्लाह ये खिदमत कर रहे हैं, अल्लाह पाक इनकी खिदमत कबूल फरमाए। हमेशा सुने हैं बाबा कावें वाली सरकार, तो बहुत सारे कां यहाँ इकट्ठे होते हैं माशाल्लाह, लंगर भी कोई तकसीम करता है, जैसे यानी जब भी हम आते हैं कां ही कां होते हैं। अच्छा जो तुम इतने दरबार से आते हो बाबा जी तो की अकीदा लेके आते हो? बस ये कि अल्लाह वाले लोग हैं, यहाँ जाएंगे इंशाल्लाह फातिहा पढ़ेंगे, अल्लाह पाक इनके सदके हमारी दुआओं को कबूल फरमाएंगे और हमारी बिगड़ियों को बनाएंगे, और इंशाल्लाह ताला जो भी यहाँ लोग आते हैं वो झोलियाँ भर भर के जाते हैं। अच्छा जी तुसी कितों आए हो? जिला मुजफ्फरगढ़ तहसील जतोई। जतोई तो आए हो जी, कदों दे आ रहे हो? बस इकट्ठे ही काफिला 100 बंदे का काफिला आंदा है हर साल जी, तकरीबन 20 साल से आ रहा है इधर से। नाज़रीन जतोई तो भी लोग आए हुए ने जी, जतोई जड़ा है गुजरात तो बहुत दूर है, इतों अगर असी कहीए तो मतलब कम से कम 18-20 घंटे का सफ़र है, और जतोई तो जनाब जड़ा है इतने गुजरात 100 बंदा जड़ा जी आया है और पिछले 10 साल तो आ रहे ने। इस तरह असी तुहाडी मुफ्ती लोगों ने इंशाल्लाह गल करवावांगे। और बंदा एक होर भी आया जे बड़ी दूरों आया जे कल्याम तो पिंडी वाली साइड तो, ओदा जड़ी अकीदत दा इजहार करन वास्ते उन्होंने भी जरा उन्होंने भी कोई गल सुन लो। मैं कह रहा मिर्जा साहब के बंदे जड़े ने कुछ मुतसब भी होंदे ने ना, वो जिन्हां दे दिल विच ने स्पैशली, चलो मैं टारगेट नहीं करदा मजहब नूं जां जड़े फिरकाबाजी नहीं होनी चाहीदी, लेकिन की है कि बंदियां दा जिन्हां दा प्यार मुहब्बत है ये साढ़े पहुँचे बजुर्ग ने जिन्ना है
ਉਹਨਾਂ ਕੋਲ ਆਉਂਦੇ ਨੇ ਨਜ਼ਦੀਕੋਂ ਦੂਰੋਂ ਜਿਹੜੇ ਆਉਣੇ ਇੰਨੀ ਇੰਨੀ ਦੂਰੋਂ ਬੰਦੇ ਆਉਂਦੇ ਨੇ ਇਹਨਾਂ ਵਾਸਤੇ ਮੁਹੱਬਤ ਹੈ ਉਹਨਾਂ ਨੂੰ ਸਾਡੇ ਕੋਲ ਹੁਣ ਇੱਕ ਬੰਦਾ ਆਇਆ ਕਲਿਆਮ ਸ਼ਰੀਫ ਕਹਿ ਰਹੇ ਨੇ ਕੋਈ ਪਿੰਡੀ ਵਾਲੀ ਸਾਈਡ ਤੋਂ ਉਹ ਸਪੈਸ਼ਲ ਸਲਾਮ ਕਰਨ ਆਇਆ ਵੇ ਉਹਦੇ ਦਿਲ ਵਿੱਚ ਕਿੰਨੀ ਕੁ ਮੁਹੱਬਤ ਹੈ ਕਿੰਨਾ ਪਿਆਰ ਹੈ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਕੀ ਹਾਲ ਹੈ ਜੀ ਅਲਹਮਦੁਲਿਲਾ ਕਿੱਥੋਂ ਆਏ ਹੋ ਜੀ ਜੀ ਅਸੀਂ ਆਏ ਹਾਂ ਜੀ ਕਲਿਆਮ ਸ਼ਰੀਫ ਤੋਂ ਕਲਿਆਮ ਸ਼ਰੀਫ ਤੋਂ ਅੱਛਾ ਅਤੇ ਕਿੰਨੀ ਦੇਰ ਤੋਂ ਆ ਰਹੇ ਹੋ ਜਾਂ ਪਹਿਲੀ ਦਫ਼ਾ ਆਏ ਹੋ ਅਲਹਮਦੁਲਿਲਾ ਪਹਿਲੀ ਦਫ਼ਾ ਆਏ ਹਾਂ ਜੀ ਬੜੀ ਦਿਲ 'ਚ ਹਸਰਤ ਸੀ ਕਿ ਇੱਥੇ ਆਈਏ ਅਤੇ ਸਲਾਮ ਕਰੀਏ ਅਤੇ ਅੱਲਾ ਪਾਕ ਨੇ ਮਿਹਰਬਾਨੀ ਕੀਤੀ ਹੈ ਸਾਡੇ 'ਤੇ ਜੀ ਅੱਛਾ ਠੀਕ ਹੈ ਅਤੇ ਕਿਹੜੀ ਗੱਲ ਸੀ ਜਿਹੜੀ ਖਿੱਚ ਕੇ ਤੁਹਾਨੂੰ ਕਰਨ ਵਾਲੀ ਸਰਕਾਰ ਦੇ ਦਰਬਾਰ 'ਤੇ ਲੈ ਆਈ ਮੰਜ਼ਰ ਵੇਖਣ ਅਸੀਂ ਆਏ ਸੀ ਅਸੀਂ ਕਿ ਇੱਕ ਤਾਂ ਹੁੰਦਾ ਨਾ ਕਿ ਦੁਨੀਆ ਲਈ ਮਖਲੂਕ ਲੇਕਿਨ ਇਹ ਜਿਹੜੀ ਅੱਲਾ ਤਾਲਾ ਦੀ ਮਖਲੂਕ ਹੈ ਕਾਂ ਇਹ ਵੇਖੇ ਨੇ ਅਸੀਂ ਜੈਨੂਅਨ ਆ ਕੇ ਅਤੇ ਮਾਸ਼ਾ ਅੱਲਾ ਇਨਸਾਨਾਂ ਤੋਂ ਕਾਫੀ ਜਿਹੜੇ ਮੈਨੂੰ ਨਜ਼ਰ ਆਉਂਦਾ ਪਿਆ ਕਿ ਬਾਬਾ ਜੀ ਨਾਲ ਪਿਆਰ ਕਰਦੇ ਨੇ ਮੇਰੇ ਹਿਸਾਬ 'ਚ ਅਤੇ ਅਲਹਮਦੁਲਿਲਾ ਮੈਨੂੰ ਬੜੀ ਖੁਸ਼ੀ ਹੋਈ ਵੇਖ ਕੇ ਕਿ ਦਰਬਾਰ ਨਹੀਂ ਛੱਡੀ ਇਹਨਾਂ ਨੇ ਇਕੱਲੇ ਹੀ ਆਏ ਹੋ ਤੁਸੀਂ ਨਹੀਂ ਆ ਦੋਸਤ ਦੇ ਨਾਲ ਮੇਰੇ ਅੱਛਾ ਦੋਸਤਾਂ ਜਾ ਜਾ ਚਲੋ ਜੀ ਅੱਲਾ ਤਾਲਾ ਸਭ ਦਾ ਜਿਹੜਾ ਨੇਕ ਨਿਯਤੀ ਨਾਲ ਉਹ ਜਾਇਜ਼ ਹਾਜਤਾਂ ਜਿਹੜੀਆਂ ਨੇ ਉਹ ਲੈ ਕੇ ਜਿੱਥੇ ਵੀ ਕੋਈ ਜਾਂਦਾ ਅਤੇ ਪੂਰੀਆਂ ਕਰਨ ਵਾਲਾ ਅੱਲਾ ਹੀ ਹੈ ਔਰ ਵਸੀਲੇ ਅੱਲਾ ਤਾਲਾ ਨੇ ਬਣਾਏ ਨੇ ਇਹਦੀ ਅਗਵਾਈ ਮਿਲਦੀ ਹੈ ਔਰ ਇਹ ਵਸੀਲਿਆਂ ਨਾਲ ਜਿਹੜਾ ਅੱਲਾ ਪਾਕ ਸੁਣ ਲੈਂਦਾ ਅਤੇ ਅੱਲਾ ਤਾਲਾ ਸਭ ਦੀਆਂ ਜਿਹੜੀਆਂ ਜਾਇਜ਼ ਹਾਜਤਾਂ ਨੇ ਜੀ ਉਹ ਪੂਰੀਆਂ ਕਰੇ ਅਤੇ ਇਹਦੇ ਨਾਲ ਹੀ ਮੈਂ ਇਜਾਜ਼ਤ ਚਾਹਵਾਂਗਾ ਇਨਸ਼ਾਅੱਲਾ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਕਿਸੇ ਨਵੇਂ ਵੀਡੀਓ ਨਾਲ ਉਦੋਂ ਤੱਕ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ